ਖਡੂਰ ਸਾਹਿਬ ਤੋਂ ਐਮਪੀ ਬਣੇ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਇਲੈਕਸ਼ਨ ਪਟੀਸ਼ਨ ਦਾਖਲ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ। ਉਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਚੋਣ ਹੋਈ ਹੈ ਉਹਨੂੰ ਰੱਦ ਕੀਤਾ ਜਾਵੇ। ਪਟੀਸ਼ਨ ਵਿੱਚ ਡਿਮਾਂਡਸ ਕੀ ਨੇ, ਕੀ ਮੰਗ ਨੇ, ਔਰ ਇਲੈਕਸ਼ਨ ਪਟੀਸ਼ਨ ਹੈ ਇਸ ਕਰਕੇ ਥੋੜ੍ਹੀ ਡਿਫਰੈਂਟ ਵੀ ਹੋ ਜਾਂਦੀ ਨੇ। ਅਰੇ ਇਲੈਕਸ਼ਨ ਪਟੀਸ਼ਨ ਪਾਈ ਹੈ, ਉੱਥੋਂ ਆਜ਼ਾਦ ਉਮੀਦਵਾਰ ਲੜੇ ਵਿਕਰਮਜੀਤ ਸਿੰਘ ਦੁਆਬੀ ਨੇ, ਉਹਨਾਂ ਦੇ ਨਾਲ ਉਹਨਾਂ ਦੇ ਐਡਵੋਕੇਟ ਵੀ ਨੇ। ਵਿਕਰਮਜੀਤ ਸਿੰਘ ਜੀ, ਤੁਸੀਂ ਆਜ਼ਾਦ ਉਮੀਦਵਾਰ ਲੜੇ, ਉਸ ਤੋਂ ਪਹਿਲਾਂ ਵੀ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਮੋਰਚਾ ਖੋਲ੍ਹਦੇ ਰਹੇ ਹੋ, ਖੁੱਲ੍ਹ ਕੇ ਖਿਲਾਫ਼ਤ ਕਰਦੇ ਰਹੇ ਹੋ, ਇਹ ਪਹਿਲਾਂ ਤਾਂ ਸਵਾਲ ਮੈਂ ਬਾਅਦ 'ਚ ਆਵਾਂਗਾ ਇਸ ਪਟੀਸ਼ਨ 'ਤੇ। ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਲੜਨ ਦਾ ਫੈਸਲਾ ਵੀ ਇਹੀ ਸੀਗਾ? ਦੇਖੋ ਜੀ, ਫਾਈਟ ਤੁਸੀਂ ਜਿੱਦਾਂ ਜਾਣਦੇ ਹੋ, ਫਾਈਟ ਬਹੁਤ ਪੁਰਾਣੀ ਹੈ। ਦੀਪ ਸਿੱਧੂ ਦੇ ਮਰਡਰ ਤੋਂ ਬਾਅਦ ਹੀ ਸਵਾਲ ਚੁੱਕਣੇ ਸ਼ੁਰੂ ਕੀਤੇ ਸੀ ਆਪਾਂ, ਪਰ ਸਾਨੂੰ ਸਵਾਲਾਂ ਦੇ ਕੋਈ ਸੈਟੀਸਫੈਕਟਰੀ ਆਨਸਰ ਨਹੀਂ ਮਿਲੇ। ਉਸ ਤੋਂ ਬਾਅਦ ਲੰਬੀ ਫਾਈਟ ਚੱਲਦੀ ਰਹੀ ਆ, ਇਲੈਕਸ਼ਨ ਲੜਨਾ ਵੀ ਸ਼ਾਇਦ ਇਸੇ ਫਾਈਟ ਦਾ ਹੀ ਇੱਕ ਹਿੱਸਾ ਸੀਗਾ। ਹੁਣ ਜਿੱਥੇ ਇਹ ਪਟੀਸ਼ਨ ਦੀ ਗੱਲ ਆ ਜਾਂਦੀ ਆ, ਅਸਲ 'ਚ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਸਰਕਾਰੀ ਏਜੰਸੀਆਂ ਦੀ ਸ਼ੈ ਆ, ਸਰਕਾਰੀ ਏਜੰਸੀਆਂ ਦੇ ਸ਼ੈ ਦੇ ਉੱਤੇ ਅੰਮ੍ਰਿਤਪਾਲ ਜਿਹੜਾ ਕੰਮ ਕਰ ਰਿਹਾ, ਇਹ ਸਾਰਾ ਕੁਝ ਸਰਕਾਰੀ ਏਜੰਸੀਆਂ ਦੀ ਸ਼ੈ ਤੇ ਹੋ ਰਿਹਾ। ਹੁਣ ਇਸ ਜਿਹੜੀ ਪਟੀਸ਼ਨ ਫਾਈਲ ਕਰਨ ਦਾ ਮੇਨ ਮਕਸਦ ਜਿਹੜਾ ਇਹ ਹੈਗਾ ਨਾ, ਜੇ ਤੁਹਾਨੂੰ ਯਾਦ ਹੋਵੇ ਆਪਣੀ ਪਿਛਲੀ ਵਾਰੀ ਜਦੋਂ ਗੱਲ ਹੋਈ ਸੀ, ਜਦੋਂ ਇਹਨੇ ਨੋਮੀਨੇਸ਼ਨ ਫਾਈਲ ਕੀਤੀ ਹੈਗੀ ਆ, ਮੈਂ ਉਦੋਂ ਹੀ ਤਰਨ ਤਾਰਨ ਕੋਰਟ ਦੇ ਵਿੱਚ ਇਹਦੀ ਨੋਮੀਨੇਸ਼ਨ ਨੂੰ ਚੈਲੰਜ ਕੀਤਾ ਸੀ ਅੰਮ੍ਰਿਤਪਾਲ ਦੀ ਨੂੰ, ਕਿਉਂਕਿ ਇਹਦੀ ਨੋਮੀਨੇਸ਼ਨ ਦੇ ਵਿੱਚ 16 ਗਲਤੀਆਂ ਸੀਗੀਆਂ, ਜਿੱਥੇ 8 ਨੋਮੀਨੇਸ਼ਨ ਫਾਰਮ ਹੋਰ ਕੈਂਡੀਡੇਟਸ ਦੇ ਜਿਹੜੇ ਹੈਗੇ ਆ ਉਹ ਰੱਦ ਕੀਤੇ ਗਏ ਰਿਟਰਨਿੰਗ ਆਫੀਸਰ ਵੱਲੋਂ। ਇਹਦੀ ਨੋਮੀਨੇਸ਼ਨ ਫਾਰਮ ਦੇ ਵਿੱਚ 16 ਗਲਤੀਆਂ ਸੀ, ਐਫੀਡੇਵਿਟ ਰਿਟਰਨਿੰਗ ਆਫੀਸਰ ਨੇ ਨਹੀਂ ਦੇਖੀ। ਮੈਂ ਉਹੀ ਉੱਥੇ ਹੀ ਆਵਾਂਗਾ, ਰਿਟਰਨਿੰਗ ਆਫੀਸਰ ਦੇ ਸਾਹਮਣੇ ਅਦਾਲਤ ਦੇ ਵਿੱਚ ਖੜ ਕੇ ਮੇਰੇ ਵਕੀਲ ਸਾਹਿਬ ਨੇ ਸਾਰੀਆਂ ਗੱਲਾਂ ਕੀਤੀਆਂ ਨੇ। ਰਿਟਰਨਿੰਗ ਆਫੀਸਰ ਇਹ ਕਹਿੰਦੇ ਨੇ ਕਿ ਮੇਰੇ ਤੇ ਬਹੁਤ ਸਾਰਾ ਪ੍ਰੈਸ਼ਰ ਹੈ ਉੱਪਰੋਂ ਦੀ। ਇੱਕ ਵਰਬਲੀ ਕਿਹਾ, ਇਹ ਵਰਬਲੀ ਉਹਨਾਂ ਨੇ ਕਿਹਾ। ਮੈਂ ਕਿਹਾ ਜੀ ਤੁਸੀਂ ਰਿਟਰਨ ਦਿਓ, ਰਿਟਰਨ ਦੇ ਵਿੱਚ ਉਹਨਾਂ ਨੇ ਇੱਕ ਫੈਸਲਾ ਨਹੀਂ ਦਿੱਤਾ, ਸਾਨੂੰ ਇਹ ਕਿਹਾ ਕਿ ਤੁਸੀਂ ਹਾਈ ਕੋਰਟ ਚਲੇ ਜਾਓ, ਬਟ ਮੈਂ ਤਾਂ ਐਕਸੈਪਟ ਕਰੂੰਗਾ। ਤੁਸੀਂ ਹਿਸਾਬ ਲਗਾਓ, ਸਾਨੂੰ ਲਾਸਟ ਡੇਟ ਸੀ ਉਦੋਂ 14 ਤਰੀਕ, 14 ਜਾਂ 13 ਤਰੀਕ ਸੀਗੀ, ਸਾਨੂੰ ਸਵੇਰੇ 9 ਵਜੇ ਦਾ ਟਾਈਮ ਦਿੱਤਾ ਸਾਡੀ ਪਟੀਸ਼ਨ ਸੁਣਨ ਵਾਸਤੇ। 9 ਵਜੇ ਤੋਂ ਬਾਅਦ ਉਹ ਕਹਿੰਦੇ ਜੀ ਹਾਲੇ ਟਾਈਮ ਨਹੀਂ ਹੈ, 1 ਵਜੇ ਆਓ। ਰਿਟਰਨਿੰਗ ਆਫੀਸਰ ਨੇ 1 ਵਜੇ ਬੁਲਾਇਆ ਸੀ, 1 ਵਜੇ ਵੀ ਉੱਥੇ ਹੀ ਸੀਗੇ। ਤੁਹਾਨੂੰ ਸੈਟੀਸਫੈਕਟਰੀ ਨਹੀਂ ਮਿਲਿਆ? 1 ਵਜੇ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਸੀ 3 ਵਜੇ ਆ ਜਾਓ, ਲਾਸਟ ਟਾਈਮ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਜੀ ਹਾਈ ਕੋਰਟ ਚਲੇ ਜਾਓ। ਮੈਂ ਕਿਹਾ ਜੀ ਰਿਟਰਨ ਦੇ ਵਿੱਚ ਤੁਸੀਂ ਸਾਨੂੰ ਇਹ ਚੀਜ਼ ਜਿਹੜੀ ਰਿਟਰਨ 'ਚ ਦੇ ਦਿਓ, ਉਹਨਾਂ ਨੇ ਰਿਟਰਨ ਦੇ ਵਿੱਚ ਆਰਡਰ ਨਹੀਂ ਦਿੱਤਾ ਸਾਨੂੰ। ਦੁਆਬੀ ਜੀ, ਮੈਂ ਸਿੱਧਾ ਹੁਣ ਪਟੀਸ਼ਨ ਤੇ ਆਉਣਾ, ਹੁਣ ਫਾਈਨਲੀ ਪਟੀਸ਼ਨ ਤੁਸੀਂ ਫਾਈਲ ਕਰ ਚੁੱਕੇ ਹੋ, ਪਟੀਸ਼ਨ ਵਿੱਚ ਮੇਨ ਮੰਗਾਂ ਕੀ ਨੇ? ਮੇਨ ਮੰਗਾਂ ਜਿਹੜੀਆਂ ਹੈਗੀਆਂ ਜੀ, ਮੇਨ ਪਟੀਸ਼ਨ ਦਾ ਮੇਨ ਮਕਸਦ ਇਹ ਹੈਗਾ ਕਿ ਦੇਖੋ, ਅਸੀਂ ਬਹੁਤ ਵਾਰੀ ਇਹਨਾਂ ਨੂੰ ਕਿਹਾ ਕਿ ਤੁਸੀਂ ਮੀਡੀਆ 'ਚ ਆਓ ਤੇ ਡਿਬੇਟ ਤੇ ਬੈਠਦੇ ਆ ਔਰ ਗੱਲਬਾਤ ਕਰਦੇ ਆ, ਨਿਕਲ ਕੇ ਆਵੇ ਵੀ ਅਸਲ 'ਚ ਤੁਹਾਡੇ ਪਿੱਛੇ ਕੰਮ ਕੌਣ ਕਰ ਰਿਹਾ। ਹੁਣ ਇਸ ਪਟੀਸ਼ਨ ਦੇ ਵਿੱਚ ਨਿਕਲ ਕੇ ਆਏਗਾ ਕਿ ਕਿਵੇਂ ਸਰਕਾਰੀ ਏਜੰਸੀਆਂ ਜਿਹੜੀਆਂ ਹੈਗੀਆਂ ਅੰਮ੍ਰਿਤਪਾਲ ਦੇ ਲਈ ਅੱਖਾਂ ਬੰਦ ਕਰਕੇ ਬੈਠਦੀਆਂ ਨੇ, ਕਿਵੇਂ ਸਰਕਾਰੀ ਆਫੀਸਰ ਇੱਥੇ ਇੱਕ ਮੰਗ ਕੀ ਰੱਖੀ ਹੈ? ਮੰਗਾਂ ਇਹੀ ਨੇ ਕਿ ਜਿੱਥੇ ਜਿੱਥੇ ਸਰਕਾਰੀ ਆਫੀਸਰਾਂ ਨੇ, ਚੋਣ ਕਮਿਸ਼ਨ ਨੇ ਆਪਣੀਆਂ ਅੱਖਾਂ ਬੰਦ ਰੱਖੀਆਂ ਨੇ, ਇਹਦੀਆਂ ਗਲਤੀਆਂ ਜਿੱਥੇ ਜਿੱਥੇ ਹੈਗੀਆਂ ਉਹ ਗਲਤੀਆਂ ਹਾਈਲਾਈਟ ਕਿਉਂ ਨਹੀਂ ਕੀਤੀਆਂ ਗਈਆਂ? ਜਿੱਥੇ ਦੂਜੇ ਕੈਂਡੀਡੇਟ ਨੂੰ ਕੋਈ ਛੂਟ ਨਹੀਂ ਸੀਗੀ, ਦੂਜੇ ਕੈਂਡੀਡੇਟ ਜਿਨ੍ਹਾਂ ਨੇ ਵੀ ਇਲੈਕਸ਼ਨ ਲੜਿਆ ਉਹਨਾਂ ਦੇ ਉੱਤੇ ਬਾਜ ਅੱਖ ਰੱਖੀ ਹੈ ਇਲੈਕਸ਼ਨ ਕਮਿਸ਼ਨ ਨੇ, ਤੇ ਅੰਮ੍ਰਿਤਪਾਲ ਦੀ ਵਾਰੀ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਕਿਉਂ ਸੀਗੀਆਂ? ਤੇ ਜਿੱਥੇ ਜਿੱਥੇ ਜਿਹੜੇ ਜਿਹੜੇ ਆਫੀਸਰ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਛੂਟ ਦਿੱਤੀ ਆ, ਅੰਮ੍ਰਿਤਪਾਲ ਦੇ ਰਿਗਾਰਡਿੰਗ ਆਪਣੀਆਂ ਅੱਖਾਂ ਬੰਦ ਰੱਖੀਆਂ, ਉਹ ਸਾਰੇ ਆਫੀਸਰ ਪੇਸ਼ ਹੋਣ, ਆਪਣੀਆਂ ਗਲਤੀਆਂ ਜਿਹੜੀਆਂ ਉਹਨਾਂ ਦੀਆਂ ਸਾਹਮਣੇ ਆਈਏ, ਲਿਆਉਣੀਆਂ ਹੈਗੀਆਂ। ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ? ਬਿਲਕੁਲ ਜੀ, ਉੱਥੇ ਆਵਾਂਗੇ, ਪਰ ਗੱਲ ਇਹ ਹੈ ਕਿ ਪਹਿਲਾਂ ਇਹ ਚੀਜ਼ ਸਾਬਤ ਤਾਂ ਕਰੀਏ ਕਿ ਅਸਲ 'ਚ ਸਰਕਾਰੀ ਸ਼ਹਿ ਦੇ ਉੱਤੇ ਸਾਰਾ ਕੰਮ ਹੋਇਆ। ਨਹੀਂ, ਇਲੈਕਸ਼ਨ ਪਟੀਸ਼ਨ ਤੁਹਾਡੇ ਵਕੀਲ ਨੇ, ਰਾਹੁਲ ਜੀ ਤੁਸੀਂ ਪਟੀਸ਼ਨ ਫਾਈਲ ਕੀਤੀ ਹੈ, ਇੱਧਰ ਆ ਜਾਓ ਮਾੜਾ ਜਿਹਾ। ਇੱਕ ਹੁੰਦੀ ਹੈ ਜਦੋਂ ਇਲੈਕਸ਼ਨ ਪਟੀਸ਼ਨ, ਉਹਦੇ ਵਿੱਚ ਆਪਾਂ ਪ੍ਰੇਅਰ ਕਰਦੇ ਹਾਂ ਨਾ ਕਿ ਸਾਡੀ ਪ੍ਰੇਅਰ ਹੈ, ਐਗਜ਼ੈਕਟ ਕਿਹੜੀ ਪ੍ਰੇਅਰ? ਸਾਡੀ ਮੇਨ ਜੋ ਪ੍ਰੇਅਰ ਹੈ ਉਹ ਡਿਸਕੁਆਲੀਫਿਕੇਸ਼ਨ ਦੀ ਹੈ, ਵੀ ਐਜ਼ ਪਰ ਦੀ ਜੋ ਪ੍ਰੋਵੀਜ਼ਨ ਸੀਗੀ, ਪ੍ਰੋਵੀਜ਼ਨ ਨੂੰ ਕੰਪਲਾਈ ਕਰਦੇ ਹੋਏ ਪਟੀਸ਼ਨਰ ਨੇ ਅਪਰੋਚ ਕੀਤੀ ਰਿਟਰਨਿੰਗ ਆਫੀਸਰ ਕਿ ਦੇਰ ਆਰ ਨੰਬਰ ਆਫ ਓਬਜੈਕਸ਼ਨ, ਕਿ ਇਲੈਕਸ਼ਨ ਦੇ ਟਾਈਮ 'ਤੇ ਅਨਫੇਅਰ ਮੈਨਰ ਦੇ ਨਾਲ ਇਲੈਕਸ਼ਨ ਕੰਟੈਸਟ ਕੀਤਾ ਗਿਆ, ਔਰ ਰਿਟਰਨਿੰਗ ਆਫੀਸਰ ਦੇ ਨਾਲ ਨਾਲ ਉਹਨਾਂ ਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਕੁਝ ਚੀਜ਼ਾਂ ਐਬਸੈਂਟ ਰਹੀਆਂ ਜਿਹੜੀਆਂ ਮੈਂਡੇਟਰੀ ਸੀਗੀਆਂ, ਔਰ ਕਿਹੜੀ ਕਿਹੜੀ ਚੀਜ਼ਾਂ? ਫੋਰ ਐਗਜ਼ਾਮਪਲ ਮਤਲਬ ਬੈਂਕ ਡਿਟੇਲ ਲਗਾ ਲਓ, ਔਰ ਬੂਥ ਦੀ ਮੈਨੇਜਮੈਂਟ ਓਵਰਆਲ, ਜਿਵੇਂ ਡਿਸਟ੍ਰਿਕਟ ਪਾਰਲੀਮੈਂਟ ਦਾ ਇਲੈਕਸ਼ਨ
ਉਹਨਾਂ ਨੇ ਕੰਟੈਸਟ ਕੀਤਾ, ਉਹਨਾਂ ਵੱਲੋਂ ਬੂਥ ਦੀ ਡਿਟੇਲ ਨਹੀਂ ਲਗਾਈ ਗਈ ਕਿ ਕਿੰਨੇ ਕੁ ਬੂਥਾਂ 'ਤੇ ਅਰੇਂਜ ਕੀਤਾ ਗਿਆ, ਕਿੰਨੇ ਵਲੰਟੀਅਰ ਕੀਤੇ ਗਏ, ਕਿੰਨਾ ਪੈਸਾ ਖਰਚਾ ਵੀ ਸਾਰਾ ਤੁਸੀਂ ਖਰਚਾ ਹਾਂਜੀ ਕਿੰਨਾ ਖਰਚਾ ਹੈ ਇਹ ਨਹੀਂ ਦੱਸਿਆ ਗਿਆ, ਸੋਸ਼ਲ ਮੀਡੀਆ 'ਤੇ ਕਿੰਨਾ ਖਰਚਾ ਹੋਇਆ? ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਕੇਵਲ ਸਾਡੇ ਕੋਲ 2000 ਹੀ ਸੀਗਾ, 2000 ਦੇ ਬੇਸ 'ਤੇ ਅਸੀਂ ਇਲੈਕਸ਼ਨ ਕੰਟੈਸਟ ਕੀਤਾ। ਅਗਰ ਇਹ ਪੋਸੀਬਲ ਆ ਕਿ 2000 ਰੁਪਏ ਦੇ ਵਿੱਚ ਇਲੈਕਸ਼ਨ ਉਹਨਾਂ ਨੇ ਕਿਹਾ, ਹਾਂ ਇਲੈਕਸ਼ਨ ਦੇ ਵਿੱਚ ਅਗਰ 2000 ਰੁਪਏ ਦੇ ਵਿੱਚ ਇਲੈਕਸ਼ਨ ਕੰਟੈਸਟ ਕੀਤਾ ਜਾ ਸਕਦਾ ਤਾਂ ਫਿਰ ਤਾਂ ਬਹੁਤ ਈਜ਼ੀ ਮੈਨਰ ਦੇ ਨਾਲ ਹੋਇਆ। ਇਹ ਅੰਮ੍ਰਿਤਪਾਲ ਸਿੰਘ ਨੇ ਆਪਣੇ ਉਹਦੇ ਵਿੱਚ ਕਿਹਾ ਐਫੀਡੇਵਿਟ ਵਿੱਚ, ਬਿਲਕੁਲ ਰਾਈਟ ਹੈ ਜੀ। ਔਰ ਸੈਕਿੰਡ ਜਿਹੜਾ ਆ ਕਿ ਉਹਨਾਂ ਵੱਲੋਂ ਜੋ ਬੈਂਕ ਦੀਆਂ ਡਿਟੇਲਾਂ ਦਿੱਤੀਆਂ ਗਈਆਂ ਔਰ ਜੋ ਇੰਟਰਨੈਸ਼ਨਲ ਫੰਡ ਇੰਟਰਨੈਸ਼ਨਲ ਲੈਵਲ 'ਤੇ ਜੋ ਉਹਨਾਂ ਦੇ ਲਿੰਕ ਸੀਗੇ, ਉਹਨਾਂ ਨੂੰ ਕਿਤੇ ਵੀ ਡਿਸਕਲੋਜ਼ ਨਹੀਂ ਕੀਤਾ ਗਿਆ। ਈਵਨ ਨੈਸ਼ਨਲ ਮੀਡੀਆ, ਸੋਸ਼ਲ ਮੀਡੀਆ, ਉਹਦੀ ਕਵਰੇਜ ਦੇ ਲਈ ਜੋ ਵੀ ਖਰਚਾ ਆਇਆ ਉਹ ਦੱਸਿਆ ਨਹੀਂ ਗਿਆ ਵੀ ਅੰਮ੍ਰਿਤਪਾਲ ਵੱਲੋਂ ਵੀ ਉਹਨਾਂ ਕੋਲ ਇੰਨਾ ਵੱਡਾ ਖਰਚਾ ਕਿਵੇਂ ਆਇਆ ਇਸ ਇਲੈਕਸ਼ਨ ਨੂੰ ਪ੍ਰੋਪਰ ਮੈਨੇਜ ਕਰਨ ਦੇ ਲਈ। ਔਰ ਸੈਕਿੰਡ ਜਿਹੜੀ ਆ ਵੀ ਸਾਡੀ ਅਪਰੋਚ ਹੋਣ ਤੋਂ ਬਾਅਦ ਵੀ ਰਿਟਰਨਿੰਗ ਆਫਿਸਰ ਨੂੰ ਅਪਰੋਚ ਕਰਨ ਤੋਂ ਬਾਅਦ ਵੀ ਐਜ਼ ਅ ਵੀ ਸਾਨੂੰ ਰਿਪਲਾਈ ਜਿਹੜਾ ਰਿਟਰਨ ਦੇ ਵਿੱਚ ਆਉਣਾ ਚਾਹੀਦਾ ਸੀ, ਬਟ ਰਿਟਰਨਿੰਗ ਆਫਿਸਰ ਤੁਹਾਡੇ ਗ੍ਰੀਵੈਂਸਸ ਉੱਥੇ ਸੁਣੇ ਨਹੀਂ ਗਏ, ਨਾਟ ਰਿਟਰਨਿੰਗ ਆਫਿਸਰ। ਹਾਂਜੀ ਅਸੀਂ ਇਹ ਕਹਿ ਸਕਦੇ ਹੁਣ ਹਾਈਕੋਰਟ 'ਚ ਪਟੀਸ਼ਨ ਫਾਈਲ ਕਰਦੇ ਆ, ਸਟੇਟਸ ਕੀ ਹੈ ਪਟੀਸ਼ਨ ਦਾ? ਰੈਡੀ ਹੈ ਜੀ ਵੀ ਪਟੀਸ਼ਨ ਜਸਟ ਫਾਈਲਡ ਹੋਈ ਆ, ਲੈਟ ਦ ਮੈਟਰ ਬੀ ਰਜਿਸਟਰੀ 'ਚ। ਹਾਂਜੀ ਰਜਿਸਟਰੀ 'ਚ ਹੈ ਜੀ ਮੈਟਰ। ਕੋਈ ਆਬਜੈਕਸ਼ਨ ਲੱਗਿਆ? ਨੰਬਰ ਆਫ ਆਬਜੈਕਸ਼ਨ ਹੈ, ਫਾਈਲਿੰਗ ਮੈਟਰ ਆ ਜੀ, ਉਹ ਜਦੋਂ ਤੱਕ ਕਲੀਅਰ ਹੋ ਜਾਣਗੇ ਸ਼ਾਇਦ 6 ਅਗਸਤ ਜਾਂ ਉਸ ਤੋਂ ਬਾਅਦ ਦੇਖਣਾ ਜੀ। ਹਾਂ ਮੀਨਿੰਗ ਕਿ ਮੇਨ ਮੰਗ ਹੈ ਕਿ ਇਲੈਕਸ਼ਨ ਡਿਸਕੁਆਲੀਫਾਈ ਕੀਤਾ ਜਾਵੇ। ਐਕਚੁਅਲ 'ਚ ਕੀ ਆ ਕਿ ਅਗਰ ਰਿਟਰਨਿੰਗ ਆਫਿਸਰ ਫੇਲ ਆ ਕਿ ਵੀ ਦੇ ਆਰ ਫੇਲ ਟੂ ਰਿਪਲਾਈ ਟੂ ਦ ਪਟੀਸ਼ਨਰ ਕਿ ਕਿਸ ਬੇਸਿਸ ਤੇ ਜੋ ਇਹਨਾਂ ਨੇ ਆਬਜੈਕਸ਼ਨ ਕੀਤੇ ਸੀ ਅਗਰ ਉਹ ਉਹਨਾਂ ਨੂੰ ਸੈਟੀਸਫਾਈ ਨਹੀਂ ਕਰਦਾ। ਕਿੰਨੀ ਪ੍ਰੇਅਰਸ ਨੇ ਮੇਨ ਪੁਆਇੰਟ ਜਿਹੜੇ? ਟੋਟਲ 9 ਪ੍ਰੇਅਰਸ ਹੈ। ਹਾਂ 9 ਪ੍ਰੇਅਰਸ। ਹਾਂਜੀ ਸਾਡੀ ਆਬਜੈਕਸ਼ਨ ਇਹ ਹੈ ਜੀ ਵੀ ਐਜ਼ ਅ ਪ੍ਰੀਚਰ ਜਿਹੜੇ ਧਾਰਮਿਕ ਬੁਲਾਰਿਆਂ ਨੂੰ ਬੁਲਾਇਆ ਗਿਆ, ਧਾਰਮਿਕ ਜਨਸਭਾਵਾਂ ਕੀਤੀਆਂ ਗਈਆਂ ਜੋ ਕਿ ਸਿੱਧੇ ਤੌਰ ਤੇ ਇਲੈਕਸ਼ਨ ਰੂਲਸ ਦੀ ਵਾਇਲੇਸ਼ਨ ਆ, ਅਸੀਂ ਧਰਮ ਨੂੰ ਵਿੱਚ ਲੈ ਕੇ ਨਹੀਂ ਆ ਸਕਦੇ। ਇਲੈਕਸ਼ਨ ਇਜ਼ ਅ ਸੈਪਰੇਟ ਇਸ਼ੂ ਔਰ ਧਰਮ ਅਲੱਗ ਤਰੀਕੇ ਨਾਲ ਚੱਲਦਾ। ਔਰ ਇਲੈਕਸ਼ਨ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਆ ਉਹਨਾਂ ਨੇ ਜਿਹੜਾ ਕੀਤਾ ਉਹ ਡਿਸਪਲੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ, ਜਦਕਿ ਇਹ ਜਿਹੜੀ ਮਿਸਮੈਨੇਜਮੈਂਟ ਆ ਇਲੈਕਸ਼ਨ ਦੀ ਜਿਹੜੀ ਮੋਨੀਟਰਿੰਗ ਜਿਹੜੀ ਆਪਾਂ ਦੇਖਦੇ ਹਾਂ ਵੀ ਉਹ ਟੋਟਲ ਫੇਲੀਅਰ ਰਹੀ ਆ। ਉਹਨਾਂ ਨੇ ਐਬਸੈਂਟ ਰਹੇ ਔਰ ਉਹਨਾਂ ਨੇ ਨਿਗਾਹ ਤੱਕ ਵੀ ਨਹੀਂ ਮਾਰੀ ਕਿ ਅੰਮ੍ਰਿਤਪਾਲ ਕਿਹੋ ਜਿਹੀਆਂ ਚੀਜ਼ਾਂ ਕਰ ਰਿਹਾ। ਜਦੋਂ ਇਹ ਸਾਰਾ ਹੋ ਰਿਹਾ ਸੀਗਾ, ਕਿਆ ਤੁਹਾਡੇ ਵੱਲੋਂ ਕੋਈ ਉਸ ਟਾਈਮ ਰੀਪ੍ਰਜੈਂਟੇਸ਼ਨ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਚੋਣ? ਖਾਸ ਗੱਲ ਇਹ ਆ ਕਿ ਇਹ ਕੋਈ ਹਿਡਨ ਕੈਂਡੀਡੇਟ ਤਾਂ ਨਹੀਂ ਸੀਗਾ ਵੀ ਜਿਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਸੀ। NSA ਦੇ ਅੰਦਰ ਉਹ ਬੰਦਾ ਡਿਟੇਨ ਹੈ ਔਰ ਉਹ ਵੀ ਦਿਬਰੂਗੜ੍ਹ ਜੇਲ੍ਹ 'ਚ, ਨੋਟ ਇਨ ਪ੍ਰੈਜੈਂਟ ਆਪਣੀ ਪੰਜਾਬ ਦੀ ਸਟੇਟ ਦੇ ਵਿੱਚ। ਅਗਰ ਉਹ ਇਹਦੇ ਹੋਣ ਦੇ ਬਾਵਜੂਦ ਵੀ ਇਲੈਕਸ਼ਨ ਅਥਾਰਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਵੀ ਇਹਨੂੰ ਕੇਅਰਲੀ ਅਸੀਂ ਦੇਖਿਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਕੰਪਲਾਈ ਕਰਨਾ ਚਾਹੀਦਾ ਪ੍ਰੋਵੀਜ਼ਨ ਦੇ ਨਾਲ ਕਿ ਨਹੀਂ। ਪਾਰਟੀ ਕਿਹਨੂੰ ਕਿਹਨੂੰ ਬਣਾਏ? ਪਾਰਟੀ ਮੈਨ ਅੰਮ੍ਰਿਤਪਾਲ ਰਿਟਰਨਿੰਗ ਆਫਿਸਰ। ਹਾਂਜੀ ਰਿਟਰਨਿੰਗ ਆਫਿਸਰ ਐਂਡ ਦੀ ਅਦਰਸ। ਬਹੁਤ ਬਹੁਤ ਸ਼ੁਕਰੀਆ। ਤਾਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜੀ ਇਲੈਕਸ਼ਨ ਪਟੀਸ਼ਨ ਫਾਈਲ ਹੋਈ ਹੈ, ਵਕੀਲ ਸੀਗੇ ਵਿਕਰਮਜੀਤ ਸਿੰਘ ਦੁਆਬੀ ਦੇ ਵਕੀਲ ਤੇ ਵਿਕਰਮਜੀਤ ਸਿੰਘ, ਇਹ ਵਿਕਰਮਜੀਤ ਸਿੰਘ ਉਹੀ ਨੇ ਮੈਂ ਦੱਸਦਾ ਜਿਹੜੇ ਸ਼ੁਰੂ ਤੋਂ ਹੀ ਦੀਪ ਸਿੱਧੂ ਦੇ ਮਰਡਰ ਤੋਂ ਬਾਅਦ ਅੰਮ੍ਰਿਤਪਾਲ ਦੇ ਖਿਲਾਫ ਖੁੱਲ੍ਹ ਕੇ ਬੋਲਦੇ ਰਹੇ ਔਰ ਹਮੇਸ਼ਾ ਆਵਾਜ਼ ਇੱਦਾਂ ਚੱਕੀ ਹੈ ਕਿ ਕਈ ਸਵਾਲਾਂ ਦੇ ਜਵਾਬ ਅੰਮ੍ਰਿਤਪਾਲ ਤੋਂ ਲੈਣੇ ਇਹ ਚਾਹ ਰਹੇ ਸੀਗੇ ਔਰ ਇਸੇ ਕਰਕੇ ਅੰਮ੍ਰਿਤਪਾਲ ਦੇ ਖਿਲਾਫ ਖਡੂਰ ਸਾਹਿਬ ਤੋਂ ਵਿਕਰਮਜੀਤ ਸਿੰਘ ਦੁਆਬੀ ਨੇ ਇਲੈਕਸ਼ਨ ਵੀ ਲੜਿਆ। ਹੁਣ ਇਲੈਕਸ਼ਨ ਪਟੀਸ਼ਨ ਲੈ ਕੇ ਹਾਈਕੋਰਟ ਪਹੁੰਚੇ ਨੇ, ਅਗਸਤ ਦੇ ਮਹੀਨੇ 6 ਜਾਂ 7 ਅਗਸਤ ਤੋਂ ਆਸੇ ਪਾਸੇ ਇਸ ਇਲੈਕਸ਼ਨ ਪਟੀਸ਼ਨ ਦਾ ਜਿਹੜਾ ਹੈਗਾ ਹੈ ਉਹ ਹਾਈਕੋਰਟ ਵਿੱਚ ਸੁਣਵਾਈ ਲਈ ਆਏਗੀ, ਕਿਉਂਕਿ ਹਾਲੇ ਇਲੈਕਸ਼ਨ ਜਿਹੜੀ ਪਟੀਸ਼ਨ ਹੈ ਇਹ ਰਜਿਸਟਰੀ ਵਿੱਚ ਹੈ, ਕੁਝ ਆਬਜੈਕਸ਼ਨ ਲੱਗੇ ਹੋਏ ਨੇ ਜਿਹੜੇ ਕਲੀਅਰ ਹੋਣਗੇ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।